ਸੜਕ ਪਾਰ ਕਰਦਿਆਂ 12 ਸਾਲਾ ਲੜਕੇ ਦੀ ਮੌਤ। ਮੋਗਾ ਸ਼ਹਿਰ ਦੇ ਪਿੰਡ ਸਿੰਘਾਵਾਲਾ ਵਿੱਚ ਸੜਕ ਪਾਰ ਕਰਦਿਆਂ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ। ਉਸਦੀ ਪਛਾਣ ਸੁਖਰਾਜ ਸਿੰਘ ਵਜੋਂ ਹੋਈ ਹੈ, ਜੋ ਇਸੇ ਪਿੰਡ ਦਾ ਰਹਿਣ ਵਾਲਾ ਸੀ। 12 ਸਾਲਾ ਸੁਖਰਾਜ 7ਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਘਰੋਂ ਸਾਈਕਲ 'ਤੇ ਪੈਨ ਲੈਣ ਗਿਆ ਸੀ। ਜਿਉਂ ਹੀ ਉਹ ਸੜਕ ਤੋਂ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬਾਈਕ ਨੇ ਉਸਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਸੁਖਰਾਜ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਰੋਂ ਕੀ ਕਹਿ ਕੇ ਗਿਆ ਸੀਗਾ ਜੀ? ਪੈਨ ਲੈਣ ਗਿਆ ਸੀ। ਕਿਹੜੀ ਕਲਾਸ 'ਚ ਪੜ੍ਹਦਾ ਸੀਗਾ? ਕਿੰਨੀ ਕੁ ਉਮਰ ਕਿੰਨੀ ਕੁ ਸੀ? 12-13 ਸਾਲ। ਹਾਦਸਾ ਕਿਵੇਂ ਵਾਪਰਿਆ ਜੀ? ਮੋਟਰਸਾਈਕਲ ਤੇ ਆਉਂਦਾ, ਮੋਟਰਸਾਈਕਲ ਵੱਜਿਆ ਜੀ ਵਿੱਚ। ਉਹ ਕਿੱਥੋਂ ਦਾ ਬੰਦਾ ਸੀਗਾ ਜੀ? ਮੋਟਰਸਾਈਕਲ ਕੀ ਨਾਮ ਹੈ ਜੀ ਤੁਹਾਡਾ? ਨਵਦੀਪ ਜੀ, ਹਾਦਸਾ ਹੋਇਆ, ਕਿਵੇਂ ਮੌਤ ਹੋਈ? ਇਹ ਕੱਲ੍ਹ ਸ਼ਾਮ ਦੀ ਗੱਲ ਹੈ, 4-15 ਦੀ। ਬੱਚਾ ਗਿਆ ਸੀ ਆਪਦੇ ਦੋਸਤ ਨਾਲ ਅੱਡੇ 'ਤੇ ਪੈਨ ਲੈਣ ਗਿਆ ਸੀਗਾ। ਉਹ ਜਦ ਸੜਕ ਪਾਰ ਕਰਨ ਲੱਗਾ, ਦੋਸਤ ਉਹਦਾ ਉੱਤਰ ਗਿਆ ਸੀਗਾ, ਸੜਕ ਪਾਰ ਕਰਨ ਲੱਗਾ ਤਾਂ ਉਹਨੇ ਪਿੱਛੋਂ ਮੋਟਰਸਾਈਕਲ ਨਹੀਂ ਦੇਖਿਆ। ਉਹਦਾ ਬੱਚੇ, ਉਹ ਵੀ ਬੱਚੇ ਹੀ ਸੀਗੇ, 3 ਮੋਟਰਸਾਈਕਲ 'ਚ ਤੇਜ਼ ਸੀਗੇ ਅਤੇ ਅਚਾਨਕ ਵੱਜਿਆ ਅਤੇ ਸਿਰ ਪਰਨੇ ਵੱਜ ਗਿਆ। ਸਿਰ ਦੀਆਂ ਹੱਡੀ ਕਰੈਕ ਹੋ ਗਈ ਸੀ ਉਹਦੀ 3 ਜਗ੍ਹਾ 'ਤੇ। ਕਿੰਨੀ ਕੁ ਉਮਰ ਕਿੰਨੀ ਕੁ ਸੀਗੀ? ਜੋ ਜੀ 14-15 ਸਾਲ। ਕਿਹੜੀ ਕਲਾਸ 'ਚ ਪੜ੍ਹਦਾ ਸੀ? 8ਵੀਂ 'ਚ। ਪੈਨ ਲੈਣ ਗਿਆ ਸੀ ਘਰੋਂ? ਹਾਂਜੀ, ਕਿੰਨੀ? ਆਪਣੇ ਦੋਸਤ ਨਾਲ ਗਿਆ ਸੀ। ਘਰੋਂ ਕਿੰਨੀ ਕੁ ਦੂਰ ਤੇ ਹਾਦਸਾ ਹੋਇਆ ਹੈ? ਇਹ ਜੀ ਘਰੋਂ ਇੱਥੇ ਅੱਡੇ ਤੇ ਆ, ਥੋੜੀ ਦੂਰ ਆ। 4-15 ਦਾ ਟਾਈਮ ਸੀਗਾ।